ਸ਼੍ਰੀ ਵਾਹਿਗੁਰੂ ਜੀ ਦੰਡੌਤ ਬੰਦਨ ਅਕਬਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨਕੀ ਸਰਣਾ ਜਿਨ ਤੂੰ ਨਾਹੀਂ ਵਿਸਰਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਪਤਤ ਪਾਵਨ ਹਰ ਨਮ ਪੂਰਨ ਸੰਤ ਜਨਾ ਕੇ ਕੰਮ ਪਤਤ ਪਾਵਨ ਹਰ ਨਮ ਪੂਰਨ ਸੰਤ ਜਨਾ ਕੇ ਕੰਮ ਗੁਰ ਸੰਤ ਪਾ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਸ਼ੁਨਿਆ ਮਨ ਸ਼ਾਂਤ ਆਈ ਵਜੀ ਵਧਾਈ ਮਨੋ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ ਸਦਾ ਭਜ ਜਗਦੀਸਰੈ ਮਨ ਸ਼ਾਂਤ ਆਈ ਵਜੀ ਵਧਾਈ ਮਰਹੁ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰ ਦ੍ਰਿੜਾਇਆ ਸਦਾ ਭਜ ਜਗਦੀਸਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨਯੋਗ ਸਾਧ ਸੰਗਤ ਜੀ, ਸ਼ਾਮਾਂ ਦੇ ਸਮੇਂ ਹਜ਼ੂਰ ਦੇ ਪਾਵਨ ਦਰਬਾਰ ਦੀ ਮਰਿਆਦਾ ਅਨੁਸਾਰ ਸੰਧਿਆ ਸਮੇਂ ਸੁਣੈ ਰਹਿ ਰਾਸ, ਕਥਾ ਕੀਰਤਨ ਸੁਣੈ ਹਰ ਦਾਸ। ਰਹਿਤਨਾਮੇ ਦੇ ਇਹਨਾਂ ਬਚਨਾਂ ਅਨੁਸਾਰ ਆਪ ਜੀ ਨੇ ਰਹਿ ਰਾਸ ਸਾਹਿਬ ਦੇ ਪਾਠ ਤੋਂ ਉਪਰੰਤ ਹਜ਼ੂਰ ਦੀ ਪਾਵਨ ਬਾਣੀ ਸ਼ਬਦ ਕੀਰਤਨ ਦੇ ਰੂਪ ਵਿੱਚ ਸਰਵਣ ਕੀਤੀ ਹੈ। ਹੁਣ ਇਸੇ ਤਰ੍ਹਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਦਾ ਸਮਾਂ ਹੈ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਰੋਜ਼ਾਨਾ ਦੀ ਤਰ੍ਹਾਂ ਵਿਚਾਰੀਏ ਸੁਣੀਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਜੋ ਸੂਹੀ ਰਾਗ ਵਿੱਚ ਉਚਾਰੇ ਹੋਏ ਸ਼ਬਦ ਹਨ, ਇਹਨਾਂ ਸ਼ਬਦਾਂ ਦੀ ਕਥਾ ਚੱਲ ਰਹੀ ਹੈ, ਜਿਨ੍ਹਾਂ ਬਚਨਾਂ ਦਾ ਆਪ ਜੀ ਨੇ ਪਾਠ ਸੁਣਿਆ ਹੈ। ਇਹ ਸ਼ਬਦ ਦਾ ਚੌਥਾ ਪਦ ਹੈ। ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਪਤਤ ਪਾਵਨ ਹਰ ਨਾਮ। ਪਤਤ ਕੌਣ ਹੁੰਦਾ ਹੈ? ਪਤਤ ਕਿਸ ਨੂੰ ਕਿਹਾ ਜਾਂਦਾ ਹੈ? ਪਤਤ ਨਾਮ ਡਿੱਗਣ ਦਾ ਹੈ, ਜੋ ਡਿੱਗ ਚੁੱਕਾ ਹੋਵੇ, ਗਿਰ ਚੁੱਕਾ ਹੋਵੇ। ਇਨਸਾਨੀਅਤ ਤੋਂ ਗਿਰ ਕੇ ਮਨੁੱਖ ਸ਼ੈਤਾਨ ਬਣਦਾ ਹੈ। ਹੋਰ ਇਹਨੂੰ ਗਿਰ ਜਾਏ ਤਾਂ ਹੈਵਾਨ ਨਾਮ ਪਸ਼ੂ ਦਾ ਹੈ। ਅਗਰ ਜੇ ਜਾਮਾ ਇਨਸਾਨ ਵਾਲਾ ਹੈ ਪਰ ਕਰਮ ਇਨਸਾਨਾਂ ਵਾਲੇ ਨਹੀਂ, ਸਮਾਜ ਦੇ ਅੰਦਰ ਵਿਗਾੜ ਪੈਦਾ ਕਰ ਰਿਹਾ ਤਾਂ ਲੋਕ ਕਹਿੰਦੇ ਬੰਦਾ ਨਹੀਂ ਸ਼ੈਤਾਨ ਹੈ, ਪੂਤਨਾ ਹੈ। ਔਰ ਹੋਰ ਹੇਠਾਂ ਗਿਰ ਜਾਏ, ਹੈਵਾਨੀਅਤ ਆ ਜਾਏ ਅੰਦਰ ਤਾਂ ਮਨੁੱਖ ਪਸ਼ੂ ਹੈ। ਸਤਿਗੁਰੂ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਜਿਸ ਦੀ ਕਰਤੂਤ ਪਸ਼ੂ ਵਾਲੀ ਆ ਜਾਤ ਮਾਨਸ ਦੀ ਹੈ, ਹੈ ਉਹ ਪਸ਼ੂ ਹੀ, ਕੇਵਲ ਵਿਖਾਵੇ ਮਾਤਰ ਮਨੁੱਖ ਇਨਸਾਨ ਦਿਖਾਈ ਦੇ ਰਿਹਾ।
ਸਤਿਗੁਰੂ ਜੀ ਨੇ ਹੋਰ ਵੀ ਬਚਨ ਕੀਤਾ, ਪਸ਼ੂ ਮਾਣਸ ਚੰਮ ਲਪੇਟੇ ਅੰਦਰੋਂ ਕਾਲਿਆ। ਮਨੁੱਖ ਦੀ ਚਮੜੀ 'ਚ ਲਪੇਟੇ ਹੋਏ ਉਹ ਮਨੁੱਖ ਪਸ਼ੂ ਹਨ ਜੋ ਅੰਦਰੋਂ ਕਾਲੇ। ਜਰਮਨੀ ਵਿੱਚ ਗਏ ਗਿਆਨੀ ਸੰਤ ਸਿੰਘ ਮਸਕੀਨ ਜੀ, ਉੱਥੇ ਇੱਕ ਅੰਗਰੇਜ਼ੀ ਦੀ ਅਖਬਾਰ ਲੈ ਆਇਆ ਨੌਜਵਾਨ, ਅਤੇ ਉਹਦੇ ਵਿੱਚ ਇੱਕ ਆਰਟੀਕਲ ਲਿਖਿਆ ਹੋਇਆ ਸੀ ਭਈ ਜੰਗਲ ਬਹੁਤ ਕੱਟੇ ਗਏ ਹਨ ਅਤੇ ਜੰਗਲੀ ਜਾਨਵਰਾਂ ਦੀਆਂ ਕੁਝ ਕਿਸਮਾਂ ਅਲੋਪ ਹੁੰਦੀਆਂ ਜਾ ਰਹੀਆਂ ਨਸਲਾਂ, ਅਤੇ ਵਿਗਿਆਨੀਆਂ ਨੂੰ ਇਸ ਗੱਲ ਦਾ ਫਿਕਰ ਪਿਆ। ਅਤੇ ਗਿਆਨੀ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਥੋੜ੍ਹਾ ਜਿਹਾ ਹੱਸੇ ਮੁਸਕਰਾਏ। ਉਹ ਨੌਜਵਾਨ ਸਿੰਘ ਕਹਿੰਦਾ ਵੀ ਗਿਆਨੀ ਜੀ ਕੀ ਖਿਆਲ ਹੈ ਤੁਹਾਡਾ ਇਹਦੇ ਬਾਰੇ? ਉਹ ਕਹਿਣ ਲੱਗੇ ਵੀ ਨਹੀਂ, ਵਿਗਿਆਨੀਆਂ ਨੂੰ ਫਿਕਰ ਐਵੇਂ ਪਿਆ, ਫਿਕਰ ਕਰਨ ਦੀ ਲੋੜ ਨਹੀਂ। ਕਹਿੰਦੇ ਕਿਉਂ? ਕਹਿੰਦੇ ਜੰਗਲ ਭਾਵੇਂ ਬਹੁਤ ਕੱਟੇ ਗਏ, ਜੰਗਲ ਬਹੁਤ ਘੱਟ ਗਏ, ਪਰ ਜਾਨਵਰ ਪਸ਼ੂ ਤਾਂ ਨਹੀਂ ਕੱਟੇ, ਜਾਨਵਰ ਤਾਂ ਬਹੁਤ ਵੱਧ ਗਏ ਨੇ। ਕਹਿੰਦੇ ਉਹ ਕਿਵੇਂ ਜੀ? ਕਹਿੰਦੇ ਜਿਹੜਾ 6-7 ਅਰਬ ਦੀ ਗਿਣਤੀ 'ਚ ਮਨੁੱਖ ਜਾਤੀ ਦੇ ਲੋਕ ਤੁਰੇ ਫਿਰ ਦਿਸਦੇ ਨੇ, ਇਹ ਬਹੁਤੇ ਜਾਨਵਰ ਹੀ ਹਨ, ਬੰਦਾ ਦੇ ਵਿੱਚ ਵਿਰਲਾ ਹੀ ਹੈ, ਇਸੇ ਦਾ ਨਾਮ ਕਲਯੁਗ ਹੈ। ਅਤੇ ਹਜ਼ੂਰ ਨੇ ਕਿਹਾ ਬਾਣੀ ਸਾਡੀ ਹਾਲਤ ਭਾਈ ਕਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਇੱਥੇ ਜਿੰਨਾ ਪਾਠ ਨਹੀਂ ਕਰਨਾ ਪੋਲਾ, ਜਿੰਨਾ ਜਿੰਨਾ ਦਾ ਭੂਤਣਿਆਂ ਦਾ ਜਨਮ ਹੋਇਆ ਕਲਯੁਗ ਦੇ ਅੰਦਰ। ਪੁੱਤ ਜੀ ਨੂਰਾ ਧੀ ਜੀ ਨੂਰੀ ਜੋਰੂ ਜਿੰਨਾ ਦਾ ਸਿੱਕਦਾਰ, ਇਹਨਾਂ ਜਿੰਨਾ ਭੂਤਣਿਆਂ ਸਾਰਿਆਂ ਦਾ ਸਿੱਕਦਾਰ ਸਰਦਾਰ ਔਰਤ ਬਣ ਗਈ। ਹੁਕਮ ਜਾਨੀ ਇਸਤਰੀ ਦਾ ਚੱਲ ਰਿਹਾ ਹੈ ਅਤੇ ਕਲਯੁਗ ਦੇ ਸਮੇਂ ਅੰਦਰ ਇਹ ਬਹੁਤੇ ਜਿੰਨ ਭੂਤ ਹੀ ਹਨ। ਪੁੱਤ ਛੋਟਾ ਜਨੂਰਾ ਹੈ, ਧੀ ਜਨੂਰੀ ਹੈ, ਔਰ ਜੋਰੂ ਇਸਤਰੀ ਇਹਨਾਂ ਦਾ ਸਿੱਕਦਾਰ ਬਣੀ ਹੋਈ। ਔਰ ਇਸੇ ਤਰ੍ਹਾਂ ਰੰਨਾਂ ਹੋਈਆਂ ਬੋਧੀਆਂ, ਰੰਨਾਂ ਇਸਤਰੀਆਂ ਹੋ ਗਈਆਂ ਸਿੱਖਿਆ ਦੇਣ ਵਾਲੀਆਂ। ਪੁਰਸ਼ ਹੋਏ ਸ਼ਯਾਦ, ਸ਼ਯਾਦ ਮੈਨੇ ਸ਼ਿਕਾਰੀ, ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ। ਸੀਲ ਸੰਜਮ ਪਵਿੱਤਰਤਾ ਜੀਵਨ ਦੀ, ਸ਼ੁਭ ਗੁਣ ਤੋੜ ਦਿੱਤੇ, ਨਾ ਖਾਣ ਯੋਗ ਪਦਾਰਥਾਂ ਨੂੰ ਖਾਂਦਾ ਜੀ। ਜਿਹਨਾਂ ਚੀਜ਼ਾਂ ਤੋਂ ਗੁਰੂਆਂ ਪੀਰਾਂ ਰਹਿਬਰਾਂ ਨੇ ਵਰਜਿਆ ਉਹ ਖਾਣ ਵਿੱਚ ਰੁਚੀ ਜ਼ਿਆਦਾ ਹੈ, ਇਸ ਕਰਕੇ ਹਜ਼ੂਰ ਕਹਿੰਦੇ ਲੱਛਣ ਨਹੀਂ ਚੰਗੇ ਇਹਨਾਂ ਲੋਕਾਂ ਦੇ। ਕੱਲ੍ਹ ਮੈਂ ਪ੍ਰੇਤ, ਕਲਯੁਗ ਦੇ ਅੰਦਰ ਮਨੁੱਖ ਪ੍ਰੇਤ ਹਨ, ਜਿਨ੍ਹੀ ਰਾਮ ਨਾ ਪਛਾਤਾ, ਜਿਨ੍ਹਾਂ ਨੇ ਰਾਮ ਪਰਮਾਤਮਾ ਨੂੰ ਭਗਵਾਨ ਨੂੰ ਨਹੀਂ ਪਛਾਣਿਆ ਵੀ ਰੱਬ ਵੀ ਕਿਤੇ ਹੈ। ਕੱਲ ਮੈਂ ਪ੍ਰੇਤ ਜਿਨ੍ਹੀ ਰਾਮ ਨਾ ਪਛਾਤਾ, ਸਤਿਯੁਗ ਪਰਮ ਹੰਸ ਵਿਚਾਰੀ, ਦੁਆਪਰ ਤ੍ਰੇਤਾ ਮਾਣਸ ਵਰਤਾ ਵਿਰਲਾ ਹੋਣਾ ਮਾਰੀ। ਹਜ਼ੂਰ ਨੇ ਹੋਰ ਲੱਛਣ ਦੱਸੇ ਕਲਯੁਗ ਦੇ ਸਮੇਂ, ਨਾਉ ਫਕੀਰਾ ਪਾਤਸ਼ਾਹ ਮੂਰਖ ਪੰਡਿਤ ਨਾਉ, ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਂ। ਇਲਤੀ ਲੋਕ ਜਿਹੜੇ ਨਾ ਸ਼ੈਤਾਨੀਆਂ ਕਰਨ ਵਾਲੇ ਉਹ ਚੌਧਰੀ ਬਣ ਗਏ, ਉਹ ਆਗੂ ਬਣ ਗਏ, ਅਤੇ ਫਕੀਰ ਜਿਹੜਾ ਉਹਦਾ ਨਾਂ ਪਾਤਸ਼ਾਹ, ਮੂਰਖ ਦਾ ਨਾਂ ਵਿਦਵਾਨ ਹੈ। ਇਸ ਪ੍ਰਕਾਰ ਕਲਯੁਗ ਦੇ ਲੱਛਣ ਦੱਸੇ ਸਤਿਗੁਰਾਂ ਨੇ, ਕੋਈ ਕਸਰ ਨਹੀਂ ਛੱਡੀ। ਇਸ ਲਈ ਇਨਸਾਨੀਅਤ ਤੋਂ ਜਿਹੜਾ ਗਿਰ ਜਾਏ ਉਹ ਹੁੰਦਾ ਸ਼ੈਤਾਨ ਜਾਂ ਹੈਵਾਨ, ਉਹਨਾਂ ਲੋਕਾਂ ਨੂੰ ਕਿਹਾ ਜਾਂਦਾ ਪਤਤ। ਪਤਤ ਨਾਮ ਡਿੱਗਣ ਦਾ ਨਾ, ਵੀ ਇਹ ਗਿਰ ਚੁੱਕੇ। ਜਿਹੜੇ ਧਰਮ ਤੋਂ ਇਨਸਾਨੀਅਤ ਤੋਂ ਗਿਰ ਜਾਣ ਉਹਨਾਂ ਦਾ ਨਾਮ ਹੈ ਪਤਤ। ਔਰ ਜਿਸ ਤਰ੍ਹਾਂ ਪੰਥ ਦੇ ਅੰਦਰ ਮਰਿਆਦਾ ਹੈ, ਜਿਹੜਾ ਗੁਰੂ ਦਾ ਸਿੰਘ ਅੰਮ੍ਰਿਤਧਾਰੀ 4 ਬੱਜਰ ਕਰੈਤਾਂ ਵਿੱਚੋਂ ਇੱਕ ਕਰੈਤ ਕਰਦਾ, ਹੁੱਕਾ ਹਜਾਮਤ ਹਲਾਲੋ ਹਰਾਮ, ਜਿਹੜਾ ਤੰਬਾਕੂ ਪੀ ਲੈ ਕਿਸੇ ਢੰਗ ਨਾਲ ਵੀ, ਅਤੇ ਇਸੇ ਤਰ੍ਹਾਂ ਹਜਾਮਤ ਸਿਰ ਦੇ ਦਾੜੇ ਦੇ ਸਰੀਰ ਦੇ ਕੇਸ ਕੱਟਦੇ, ਅਤੇ ਜਿਹੜਾ ਮੁਸਲਮਾਨਾਂ ਦੇ ਕਲਮੇ ਵਾਲਾ ਕੁੱਠਾ ਮਾਸ ਖਾ ਲਏ, ਅਤੇ ਇਸੇ ਤਰ੍ਹਾਂ ਪਰ ਇਸਤਰੀ ਗਮਨ ਜਾਂ ਪਰ ਮਰਦ ਗਮਨ, ਜਿਹੜੀ ਇਸਤਰੀ ਜਾਂ ਮਰਦ ਕਰ ਲਏ, ਸਿੱਖ ਸਿੱਖਣੀ ਜਿਹੜਾ ਇਹੋ ਜਿਹਾ ਗੁਨਾਹ ਕਰ ਲਏ, ਉਹਨੂੰ ਕਿਹਾ ਜਾਂਦਾ ਕਿ ਇਹ ਸਿੱਖੀ 'ਚੋਂ ਪਤ ਧੋ ਗਿਆ। ਸੋ ਗੁਰੂ ਕੇ ਪਿਆਰਿਓ, ਇਹ ਸਰੀਰਕ ਤੌਰ 'ਤੇ ਪਤਤਾ ਹੀ ਹੈ, ਸਰੀਰਕ ਤੌਰ 'ਤੇ ਪਤ ਧੋਣਾ, ਪਰ ਮਾਨਸਿਕ ਤੌਰ 'ਤੇ 99.99% ਲੋਕ ਅਸੀਂ ਪਤਤ ਹਾਂ, ਜੇ ਮਾਨਸਿਕ ਤੌਰ 'ਤੇ ਗੱਲ ਕੀਤੀ ਜਾਏ। ਕਿਉਂਕਿ ਪਾਪ ਅਤੇ ਵਿਕਾਰ ਮਨ ਦੇ ਅੰਦਰ ਹਨ, ਅਤੇ ਇਹਨਾਂ ਨਾਲ ਹੀ ਮਨ ਮੈਲਾ ਹੋਇਆ ਅਤੇ ਤਾਂ ਇਹ ਪਤਤ ਹੋਇਆ।
ਜਿਹੜਾ ਮਾਨਸਿਕ ਤੌਰ 'ਤੇ ਪਵਿੱਤਰ ਹੈ ਪਤਿਤ ਨਹੀਂ ਉਹ ਕੇਵਲ ਸੰਤ ਹੁੰਦਾ। ਕੇਵਲ ਸੰਤ ਲੋਕ ਜਿਨ੍ਹਾਂ ਦਾ ਮਨ ਬਿਲਕੁਲ ਨਿਰਮਲ ਸ਼ੁੱਧ ਉੱਜਲ ਪਵਿੱਤਰ ਹੈ ਅਤੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਮਤਲਬ ਇਹ ਨਿਸ਼ਾਨੀ ਹੈ ਆਪਣੇ ਆਪ ਨੂੰ ਪਰਖਣ ਦੀ ਕਿ ਰੱਬ ਦੀ ਪ੍ਰਾਪਤੀ ਨਹੀਂ ਹੋਈ, ਇਹਦਾ ਮਤਲਬ ਕਿ ਸਾਡੇ ਮਨ 'ਚ ਅਜੇ ਮੈਲ ਹੈ। ਬਲਕਿ ਸਮਝਣਾ ਚਾਹੀਦਾ ਕਿ ਬਿਲਕੁਲ ਹੀ ਮਨ ਮੈਲਾ ਹੈ। ਜੇ ਅਸੀਂ ਮਾਨਸਿਕ ਤੌਰ 'ਤੇ ਨਿਰਮਲ ਮਨ ਵਾਲੇ ਹੋ ਗਏ ਹੁੰਦੇ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਣੀ ਸੀ। ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ, ਇਸ ਕਰਕੇ ਕਦੇ ਨਾ ਇਹ ਸਮਝਣਾ ਕਿ ਮੇਰਾ ਮਨ ਸਾਫ਼ ਹੈ, ਮੇਰਾ ਮਨ ਪਵਿੱਤਰ ਹੈ, ਮੇਰਾ ਮਨ ਨਿਰਮਲ ਹੈ, ਕਦੇ ਨਾ ਸਮਝਣਾ। ਜਦੋਂ ਮਨ ਨਿਰਮਲ ਹੋ ਜਾਏਗਾ, ਭਗਤ ਕਬੀਰ ਜੀ ਨੇ ਲੱਛਣ ਦੱਸੇ ਹਨ ਨਿਰਮਲ ਮਨ ਦੇ। ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਸ਼ਾ ਲਾਗੂ ਹਰ ਫਿਰੈ ਕਹਿਤ ਕਬੀਰ ਕਬੀਰ। ਜਦੋਂ ਕਬੀਰ ਦਾ ਮਨ ਨਿਰਮਲ ਹੋ ਗਿਆ ਅਤੇ ਰੱਬ ਆਵਾਜ਼ਾਂ ਮਾਰਦਾ ਫਿਰਦਾ, ਕਬੀਰ ਨੂੰ ਪਰਮਾਤਮਾ ਲੱਭਣ ਦੀ ਲੋੜ ਨਹੀਂ ਪੈਂਦੀ। ਜਿੱਥੇ ਮਰਜ਼ੀ ਕਬੀਰ ਆਪ ਲੁਕਿਆ ਹੋਵੇ, ਰੱਬ ਉੱਥੋਂ ਲੱਭਦਾ ਫਿਰਦਾ, ਕਬੀਰ ਆ ਮੇਰੀ ਛਾਤੀ ਨਾਲ ਲੱਭ। ਭਗਤੀ ਕਰਨੀ ਇਸ ਵਾਸਤੇ ਨਹੀਂ ਕਿ ਰੱਬ ਨੂੰ ਲੱਭ ਲੈਣਾ, ਭਗਤੀ ਕਰਨ ਦਾ ਮਨੋਰਥ ਹੈ ਕਿ ਮਨ ਸ਼ੁੱਧ ਹੋ ਜਾਏ। ਸ਼ੁੱਧ ਹੋ ਗਿਆ ਤਾਂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਜਦੋਂ ਤੱਕ ਮਨ ਸ਼ੁੱਧ ਨਹੀਂ, ਵਾਹਿਗੁਰੂ ਦਾ ਗਿਆਨ ਨਹੀਂ ਪੈਦਾ ਹੋ ਸਕਦਾ। ਹੈ ਵਾਹਿਗੁਰੂ ਜੀ ਹਰ ਥਾਂ ਮੌਜੂਦ, ਪਰ ਕਬੂਤ ਹੋ ਰਹੇ ਨੇ ਕਿਉਂਕਿ ਮਨ ਨਿਰਮਲ ਨਹੀਂ ਹੈ, ਮਨ ਮੈਲਾ ਹੈ। ਔਰ ਇਸ ਪ੍ਰਕਾਰ ਪਾਪ ਅਤੇ ਵਿਕਾਰ ਮਨ ਦਾ ਵਿਸ਼ਾ ਹੈ। ਪੰਚ ਵਿਕਾਰ ਮਨ ਮੈਂ ਬਸੇ, ਅਤੇ ਮਨ ਅੰਦਰ ਇਹਨਾਂ ਵਿਕਾਰਾਂ ਕਰਕੇ ਮਾੜੇ ਕਰਮ ਕਰਨ ਦੇ ਫੁਰਨੇ ਹਨ, ਰੁਚੀ ਹੈ, ਸੰਸਕਾਰ ਅੰਦਰ ਪਏ ਹੋਏ ਨੇ, ਮਨ ਦੀਆਂ ਵਿਚਾਰਾਂ ਇਸ ਕਰਕੇ ਮੈਲੀਆਂ। ਇਸ ਕਰਕੇ ਪਾਪ ਨਾ ਤਾਂ ਕਿਸੇ ਦੀ ਨਜ਼ਰ ਵਿੱਚ ਆਉਂਦਾ, ਪਾਪ ਸੂਖਮ ਚੀਜ਼ ਹੈ, ਸਥੂਲ ਨਹੀਂ, ਨਾ ਤਾਂ ਕਿਸੇ ਮਨੁੱਖ ਦੀ ਨਜ਼ਰ ਵਿੱਚ ਆਏਗਾ ਅਤੇ ਨਾ ਕਾਨੂੰਨ ਦੀ ਗ੍ਰਿਫਤ ਵਿੱਚ ਆਏਗਾ। ਪਾਪ ਅੰਦਰ ਹੈ। ਜੋ ਕਾਨੂੰਨ ਦੀ ਗ੍ਰਿਫਤ ਵਿੱਚ ਆਉਂਦਾ ਹੈ ਜਾਂ ਸਾਡਾ ਕਰਮ ਲੋਕਾਂ ਦੀਆਂ ਨਜ਼ਰਾਂ ਵਿੱਚ ਆਉਂਦਾ ਹੈ, ਉਸਨੂੰ ਅਪਰਾਧ ਕਿਹਾ ਜਾਂਦਾ। ਮਨ ਦੇ ਅੰਦਰ ਪਾਪ ਵਸਿਆ ਹੋਇਆ ਅਤੇ ਇਸ ਕਰਕੇ ਖਤਰਾ ਬਣਿਆ ਹੋਇਆ ਕਿ ਕਦੇ ਵੀ ਅਪਰਾਧ ਹੋ ਸਕਦਾ। ਜਦੋਂ ਮਨ ਸ਼ੁੱਧ ਹੋ ਜਾਏਗਾ, ਮਨ 'ਚ ਪਾਪ ਨਹੀਂ ਰਹਿਣਗੇ, ਉਦੋਂ ਨਹੀਂ ਖਤਰਾ ਮਾੜਾ ਕਰਮ ਹੋਣ ਦਾ। ਜਦੋਂ ਤੱਕ ਮਨ ਮੈਲਾ ਹੈ ਉਦੋਂ ਤੱਕ ਖਤਰਾ ਹੀ ਖਤਰਾ। ਪਤਾ ਨਹੀਂ ਕਿਸ ਵੇਲੇ ਮੈਲਾ ਮਨ ਇੰਦਰੀਆਂ ਨੂੰ ਪ੍ਰੇਰ ਲਏ ਅਤੇ ਸਰੀਰ ਨੂੰ ਪ੍ਰੇਰ ਕੇ ਮਾੜਾ ਕਰਮ ਕਮਾ ਲਏ। ਮਾੜਾ ਕਰਮ ਹੋਣ ਦਾ ਖਤਰਾ ਹੈ ਉਦੋਂ ਤੱਕ ਜਦੋਂ ਤੱਕ ਬ੍ਰਹਮ ਗਿਆਨੀ ਨਹੀਂ। ਆਹ ਮਨ ਸ਼ੁੱਧ ਨਹੀਂ ਹੈ ਅਤੇ ਖਤਰਾ ਹੀ ਖਤਰਾ। ਬਲਕਿ ਰੱਬ ਦੇ ਸੰਤ ਭਗਤ ਤਾਂ ਇੱਥੋਂ ਤੱਕ ਸਾਵਧਾਨਤਾ ਰੱਖਦੇ ਨੇ, ਕਬੀਰ ਗਰਬ ਨਾ ਕੀਜੀਏ ਰੰਕ ਨਾ ਹੱਸੀਏ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣੋ ਕਿਉਂ। ਨਾਓ ਦਾ ਅਰਥ ਇੱਥੇ ਨਾਓ ਨਹੀਂ ਬੋਲਣਾ, ਨਾਓ ਬੋਲਣਾ, ਬਿੰਦੀ ਨਹੀਂ ਲੱਗਣ ਦੇਣੀ, ਇਹਦਾ ਅਰਥ ਗਲਤ ਹੋ ਜਾਏਗਾ। ਅਜੋ ਸੋ ਨਾਓ ਸਮੁੰਦਰ ਮੈਂ, ਨਾਓ ਦਾ ਅਰਥ ਹੈ ਨੌਕਾ, ਨੌਕਾ ਦਾ ਅਰਥ ਹੈ ਬੇੜੀ, ਇਸ ਜੀਵਨ ਦੀ ਬੇੜੀ। ਜਦੋਂ ਤੱਕ ਸੰਸਾਰ ਸਮੁੰਦਰ ਵਿੱਚ ਹੈ, ਕੀ ਜਾਣੀਏ ਬੰਨੇ ਲੱਗੇਗੀ ਕਿ ਡੁੱਬ ਜਾਏਗੀ, ਕੀ ਪਤਾ ਘੁੰਮਣ ਘੇਰੀ 'ਚ ਆ ਜਾਏ ਕਿਤੇ, ਵਿਕਾਰਾਂ ਦੀ ਕਾਂਗ ਚੜ੍ਹ ਕੇ ਆ ਜਾਏ, ਘੁੰਮਣ ਘੇਰੀ ਆ ਜਾਏ, ਸਮੁੰਦਰ 'ਚ ਤੂਫਾਨ ਆ ਜਾਏ ਤਾਂ ਡੁੱਬ ਸਕਦਾ। ਭਗਤ ਕਬੀਰ ਜੀ ਤੁਰੇ ਜਾਂਦੇ ਸੀ ਅਤੇ ਇੱਕ ਵੇਸਵਾ ਨੇ ਗੱਲ ਕਹੀ, ਵੱਡਾ ਭਗਤ ਬਣਿਆ ਫਿਰਦਾ, ਇਹਦੇ ਦਾੜੇ ਦੇ ਵਾਲਾਂ ਨਾਲੋਂ ਤਾਂ ਮੇਰੇ ਕੁੱਤੇ ਦੀ ਪੂਛ ਦੇ ਵਾਲ ਚੰਗੇ ਚਮਕੀਲੇ ਜਿਹੇ ਸੋਹਣੇ ਲੱਗਦੇ ਨੇ, ਕਿੱਡਾ ਦਾੜਾ ਵਧਾਇਆ ਹੋਇਆ। ਅਤੇ ਕਬੀਰ ਜੀ ਕਹਿਣ ਲੱਗੇ, ਹੋ ਸਕਦਾ ਬੀਬੀ ਜੋ ਕਹਿੰਦੀ ਸਹੀ ਆ, ਕੁਛ ਨਹੀਂ ਕਿਹਾ ਉਸਨੂੰ, ਨਾਰਾਜ਼ਗੀ ਨਹੀਂ ਪ੍ਰਗਟ ਕੀਤੀ। ਜਦੋਂ ਕਬੀਰ ਜੀ ਕਹਿੰਦੇ ਸਰੀਰ ਤਿਆਗਣ ਵਾਲੇ ਸੀ, ਉਦੋਂ ਕਹਿੰਦੇ ਉਸ ਵੇਸਵਾ ਨੂੰ ਲਿਆਓ ਸਦਕੇ। ਜਦੋਂ ਲਿਆਂਦਾ ਅਤੇ ਦਾੜਾ ਫੜ ਕੇ ਕਹਿਣ ਲੱਗੇ, ਬੀਬੀ ਤੇਰੇ ਕੁੱਤੇ ਦੀ ਪੂਛ ਦੇ ਵਾਲਾਂ ਨਾਲੋਂ ਕਰੋੜਾਂ ਦਰਜਾ ਇਹ ਕੇਸ ਚੰਗੇ ਹਨ, ਪਵਿੱਤਰ ਹਨ, ਸਾਫ਼ ਹਨ। ਅਤੇ ਸੇਵਕਾਂ ਨੇ ਕਿਹਾ ਵੀ ਮਹਾਰਾਜ ਉਦਣ ਕਿਉਂ ਨਹੀਂ ਸੀ ਇਹ ਗੱਲ ਦਾ ਜਵਾਬ ਦਿੱਤਾ। ਕਹਿਣ ਲੱਗੇ ਉਦੋਂ ਅਜੇ ਖਤਰਾ ਸੀ। ਅਤੇ ਅਜੋ ਸੋ ਨਾਓ ਸ ਉਦੋਂ ਸਲੋਕ ਉਚਾਰਿਆ, ਭਗਤ ਮਾਲਾ 'ਚ ਲਿਖਿਆ ਬਚਨ, ਭਾਈ ਲਹਿਣਾ ਸਿੰਘ ਜੀ ਕਬੀਰ ਪੰਥੀ ਹੋਏ ਨੇ, ਉਹਨਾਂ ਨੇ ਭਗਤ ਮਾਲਾ ਬਣਾਈ ਹੈ ਸਾਰੇ ਭਗਤਾਂ ਦੀ। ਉਹਦੇ 'ਚ ਬਚਨ ਲਿਖਿਆ ਕਿ ਉਹਨਾਂ ਨੇ ਉਸ ਵੇਲੇ ਇਹ ਸਲੋਕ ਉਚਾਰਿਆ ਸੀ ਕਿ ਜਦੋਂ ਤੱਕ ਬੇੜੀ ਸਮੁੰਦਰ ਵਿੱਚ ਹੈ ਭਾਈ ਭਗਤੋ, ਕੀ ਪਤਾ ਕਦੋਂ ਡੁੱਬ ਜਾਏ, ਹੁਣ ਤਾਂ ਸਾਫ਼ ਸੁਥਰਾ ਪਵਿੱਤਰ ਦਾੜਾ ਲੈ ਕੇ ਚੱਲੇ ਹਾਂ ਵਾਹਿਗੁਰੂ ਦੇ ਦੇਸ਼ ਨੂੰ। ਇਸ ਕਰਕੇ ਖਿਆਲ ਕੀਤਾ, ਇਸ ਬੀਬੀ ਨੂੰ ਜਵਾਬ ਦੇ ਚੱਲੀ। ਸੋ ਗੁਰੂ ਕੇ ਪਿਆਰੇ ਹੋ, ਇਸ ਵਾਸਤੇ ਉਦੋਂ ਤੱਕ ਰੱਬ ਦੇ ਪਿਆਰੇ ਸਾਵਧਾਨ ਰਹਿੰਦੇ ਨੇ। ਇਹ ਸਾਡੀ ਫਿਤਰਤ ਹੈ, ਸਾਡਾ ਇਹ ਸੰਸਾਰੀਆਂ ਦਾ ਸੁਭਾਅ ਕਿ ਅਸੀਂ ਸਣ ਟੋਪੀ ਸਣ ਕੱਪੜੀ ਜੁੱਤੇ ਸਣੇ ਖੁਦਾ ਬਣੇ ਬੈਠੇ ਹਾਂ ਵੀ ਅਸੀਂ ਸਭ ਤੋਂ ਚੰਗੇ ਹਾਂ। ਮੈਂ
ਕੈਨੇਡਾ 'ਚ ਘੁੰਮਦਾ ਸੀ ਬਾਹਰ, ਅਤੇ ਮੇਰੇ ਮਨ 'ਚ ਖਿਆਲ ਆਇਆ ਭਾਈ ਵੇਖੋ ਗੁਰੂ ਮਹਾਰਾਜ ਵੀ ਕਹਿੰਦੇ ਨੇ, ਕਬੀਰ ਜੀ ਵੀ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਈ, ਸਭ ਤੋਂ ਅਸੀਂ ਬੁਰੇ ਹਾਂ, ਸਾਨੂੰ ਛੱਡ ਕੇ ਸਭ ਕੋਈ ਭਲਾ ਹੈ, ਅਤੇ ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਅਤੇ ਗੁਰੂ ਨਾਨਕ ਸਾਹਿਬ ਵੀ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਜਿਹੜਾ ਇਹੋ ਜਿਹਾ ਸੁਭਾਅ ਬਣਾ ਲਏ ਕਿ ਅਸੀਂ ਨਹੀਂ ਚੰਗੇ ਅਤੇ ਬੁਰਾ ਹੈ ਕੋਈ ਨਹੀਂ, ਤਾਂ ਪਰਮਾਤਮਾ ਤਾਰੇਗਾ। ਅਤੇ ਮੈਂ ਵਿਚਾਰਿਆ ਵੀ ਸਾਡਾ ਤਾਂ ਸੁਭਾਅ ਹੀ ਐਸਾ ਬਣਿਆ ਸਿੱਖਾਂ ਦਾ ਕਿ ਹਮ ਹੀ ਚੰਗੇ ਬੁਰਾ ਸਭ ਕੋਏ, ਕਿ ਅਸੀਂ ਹੀ ਚੰਗੇ ਹਾਂ ਬਾਕੀ ਸਾਰੇ ਬੁਰੇ ਨੇ, ਸਾਡਾ ਤਾਂ ਸੁਭਾਅ ਹੀ ਇਹ ਬਣਿਆ ਹੋਇਆ। ਹੇ ਵਾਹਿਗੁਰੂ, ਇਹ ਕਿਵੇਂ ਮਨ 'ਚ ਬੈਠੇ ਇਹ ਗੱਲ ਵੀ ਅਸੀਂ ਬੁਰੇ ਅਤੇ ਬਾਕੀ ਚੰਗੇ। ਫਿਰ ਕਬੀਰ ਜੀ ਦੇ ਬਚਨ ਚੇਤੇ ਆਏ ਕਿ ਜੇ ਮਨ ਨਿਰਮਲ ਹੋਇਆ ਹੁੰਦਾ, ਅਸੀਂ ਸਾਫ਼ ਸੁਥਰੇ ਹੋ ਗਏ ਹੁੰਦੇ ਤਾਂ ਰੱਬ ਮਿਲ ਪੈਣਾ ਸੀ, ਨਹੀਂ ਮਿਲਿਆ, ਇਹ ਨਿਸ਼ਾਨੀ ਹੈ ਕਿ ਅਸੀਂ ਮੈਲੇ ਹਾਂ। ਜਦੋਂ ਤੱਕ ਆਪਣਾ ਆਪ ਮੈਲਾ ਹੈ, ਉਦੋਂ ਤੱਕ ਦੂਜਿਆਂ ਨੂੰ ਨਿੰਦ ਨਹੀਂ ਸਕਦਾ ਬੰਦਾ। ਜੇ ਗੱਲ ਸਮਝ ਲਿਆ ਆਪਣੇ ਅੰਦਰ ਕਿ ਮੈਂ ਵੀ ਮੈਲਾ ਹਾਂ, ਫਿਰ ਹੋਰਨਾਂ ਬਾਰੇ ਨਹੀਂ ਦੇਖ ਸਕਦਾ ਕਿਹੜਾ ਕਿਹੜਾ ਮੈਲਾ, ਕਿਹਦੇ 'ਚ ਕੀ ਔਗੁਣ, ਕਿਹੜਾ ਬੁਰਾ, ਫਿਰ ਨਹੀਂ ਦੇਖ ਸਕਦਾ। ਕ੍ਰਿਸ਼ਨ ਜੀ ਦੁਰਯੋਧਨ ਨੂੰ ਕਹਿਣ ਲੱਗੇ ਕਿ ਕੋਈ ਭਲਾ ਬੰਦਾ ਲੱਭ ਕੇ ਲਿਆ, ਚੰਗਾ ਜਿਹਾ ਬੰਦਾ ਲੱਭ ਕੇ ਲਿਆ। ਅਤੇ ਦੁਰਯੋਧਨ ਘੁੰਮ ਫਿਰ ਕੇ ਮੁੜ ਆਇਆ, ਕਹਿਣ ਲੱਗਾ ਕਿ ਨਹੀਂ ਚੰਗਾ ਲੱਭਾ, ਕਹਿਣ ਲੱਗੇ ਬਹਿ ਜਾ ਇੱਥੇ। ਫਿਰ ਯੁਧਿਸ਼ਠਿਰ ਨੂੰ ਕਿਹਾ ਕਿ ਕੋਈ ਬੁਰਾ ਬੰਦਾ ਲੱਭ ਕੇ ਲਿਆ, ਅਤੇ ਯੁਧਿਸ਼ਠਿਰ ਜੀ ਕੁਝ ਸਮਾਂ ਘੁੰਮ ਫਿਰ ਕੇ ਆ ਗਏ, ਕਹਿਣ ਲੱਗੇ ਮਹਾਰਾਜ ਮੈਂ ਹੀ ਬੁਰਾ, ਬਾਕੀ ਤਾਂ ਸਾਰੇ ਚੰਗੇ ਹੀ ਜਾਪਦੇ ਨੇ। ਅਤੇ ਉਸ ਵੇਲੇ ਕ੍ਰਿਸ਼ਨ ਜੀ ਕਹਿਣ ਲੱਗੇ, ਯੁਧਿਸ਼ਠਿਰ ਜੀ ਤੁਸੀਂ ਆਪਣਾ ਆਪ ਚੰਗਾ ਬਣਾ ਲਿਆ, ਇਸ ਕਰਕੇ ਸਾਰੇ ਚੰਗੇ ਹੀ ਦਿਖਾਈ ਦਿੰਦੇ ਨੇ। ਦੁਰਯੋਧਨ ਦਾ ਆਪਣਾ ਆਪ ਬੁਰਾ, ਇਸ ਕਰਕੇ ਉਹਨੂੰ ਸਾਰੀ ਸ੍ਰਿਸ਼ਟੀ ਬੁਰੀ ਦਿਸਦੀ। ਭਾਈ ਗੁਰਦਾਸ ਨੇ ਵੀ ਇਹ ਬਚਨ ਲਿਖਿਆ ਨੇ, ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭਨਾ ਕਰ ਦੇਖਿਆ, ਜਿਹੜਾ ਭਲਾ ਹੈ ਸਾਰਿਆਂ ਨੂੰ ਭਲਾ ਕਰਕੇ ਵੇਖਦਾ। ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖਾ, ਜਿਹੜਾ ਆਪ ਬੁਰਾ ਹੈ ਉਹਦੇ ਵਾਸਤੇ ਸਾਰਾ ਜਗਤ ਹੀ ਬੁਰਾ ਹੈ, ਉਹਦੇ ਲੇਖੇ ਵਿੱਚ ਉਹਦੀ ਗਿਣਤੀ ਵਿੱਚ ਸਾਰਾ ਕੋਈ ਬੁਰਾ ਹੀ ਬੁਰਾ ਹੈ, ਚੰਗਿਆਈ ਹੈ ਹੀ ਨਹੀਂ। ਸਿਆਣੇ ਦਾ ਕਥਨ ਹੈ, ਜੈਸੀ ਦ੍ਰਿਸ਼ਟੀ ਤੈਸੀ ਸ੍ਰਿਸ਼ਟੀ, ਜਦੋਂ ਅੰਦਰਲੀ ਅਵਸਥਾ ਬਦਲ ਜਾਏ ਤਾਂ ਅੱਖਾਂ ਦੀ ਨਜ਼ਰ ਵੀ ਬਦਲ ਜਾਂਦੀ ਹੈ, ਅੱਖਾਂ ਦਾ ਨਜ਼ਰੀਆ ਦ੍ਰਿਸ਼ਟੀਕੋਣ ਬਦਲ ਜਾਂਦਾ ਹੈ। ਜਦੋਂ ਆਪਣਾ ਆਪ ਅੰਦਰੋਂ ਸਾਫ਼ ਹੋ ਜਾਏ ਤਾਂ ਫਿਰ ਬੁਰਿਆਈ ਨਹੀਂ ਦਿਖਾਈ ਦਿੰਦੀ। ਬੀਰਾ ਆਪਣ ਬੁਰਾ ਮਿਟਾਵੇ ਤਾਂ ਉਹ ਬੁਰਾ ਨਿਕਟ ਨਹੀਂ ਆਵੇ, ਜੇ ਆਪਣੇ ਅੰਦਰੋਂ ਬੁਰਿਆਈ ਮਿਟਾ ਲਏ ਤਾਂ ਫਿਰ ਬੁਰਿਆਈ ਤੇਰੇ ਨੇੜੇ ਬਾਹਰੋਂ ਨਹੀਂ ਆਉਂਦੀ, ਅੰਦਰ ਹੀ ਤੇਰੇ ਬੁਰਿਆਈ ਬੈਠੀ ਹੈ, ਇਸ ਕਰਕੇ ਬੁਰਿਆਈ ਤੇਰੇ ਦੁਆਲੇ ਵੀ ਘੁੰਮਦੀ। ਰਹੋ ਵਿਚਾਰ, ਇਸ ਲਈ ਜੋ ਪਾਪ ਅਤੇ ਵਿਕਾਰ ਹੈ ਇਹ ਮਨ ਦੇ ਅੰਦਰ ਹੈ, ਅਤੇ ਜੇ ਬੰਦਗੀ ਕਰਕੇ ਕੋਈ ਮਨੁੱਖ ਆਪਣੇ ਕਰਮ ਪਹਿਲਾਂ ਸੁਧਾਰ ਲੈਂਦਾ ਫਿਰ ਮਨ ਸਾਫ਼ ਹੋ ਜਾਂਦਾ, ਪਹਿਲਾਂ ਕਰਮ ਸੁਧਰ ਦੇਣਾ। ਜੋ ਸਨਾਤਨ ਮਤ ਹੈ ਉਸ ਦੇ ਅੰਦਰ ਪਹਿਲਾਂ ਕਰਮ ਸਿਖਾਇਆ ਗਿਆ, ਕਰਮ ਉਪਾਸ਼ਨਾ ਅਤੇ ਫਿਰ ਗਿਆਨ। ਪਹਿਲਾਂ ਸਰੀਰਕ ਤੌਰ 'ਤੇ ਕਰਮ ਕਾਂਡ, ਹਿੰਦੂ ਕਹਿੰਦੇ ਨੇ ਕਰਮ ਕਾਂਡ, ਮੁਸਲਮਾਨ ਉਸਨੂੰ ਕਹਿੰਦੇ ਨੇ ਸ਼ਰ੍ਹਾ, ਅਤੇ ਅਸੀਂ ਕਹਿੰਦੇ ਹਾਂ ਮਰਿਆਦਾ, ਸਰੀਰਕ ਮਰਿਆਦਾ। ਪੰਜ ਪਿਆਰੇ ਸਾਹਿਬਾਨ ਤੋਂ ਅੰਮ੍ਰਿਤ ਪਾਨ ਕਰਨਾ, ਪੰਜ ਕਕਾਰਾਂ ਦੀ ਰਹਿਤ ਰੱਖਣੀ, ਔਰ ਕੁਰਹਿਤਾਂ ਤੋਂ ਸਰੀਰਕ ਤੌਰ 'ਤੇ ਬਚਣਾ, ਇਹ ਸਾਡਾ ਸਰੀਰਕ ਤੌਰ 'ਤੇ ਕਰਮ ਕਾਂਡ ਹੈ, ਇਹ ਹੈ ਸਾਡੀ ਸਰੀਰਕ ਮਰਿਆਦਾ। ਪਰ ਇੱਥੇ ਬਸ ਨਹੀਂ, ਇਹਨੂੰ ਅੱਗੇ ਹੈ ਨਾ ਤੁਰਨਾ ਗਾ, ਕਰਮ ਉਪਾਸ਼ਨਾ ਅਤੇ ਗਿਆਨ। ਇਸੇ ਤਰ੍ਹਾਂ ਇਸਲਾਮ ਦੇ ਵਿੱਚ ਸ਼ਰੀਅਤ, ਤਰੀਕਤ, ਮਾਰਫਤ ਅਤੇ ਹਕੀਕਤ ਚਾਰ ਸਟੇਜਾਂ ਮੰਨੀਆਂ, ਗਿਆਨ ਦੀ ਮੰਜ਼ਿਲ ਤੱਕ ਪਹੁੰਚਣ ਲਈ ਚਾਰ ਅਵਸਥਾ ਮੰਨੀਆਂ। ਸ਼ਰੀਅਤ ਜਿਵੇਂ ਪੰਜ ਵਕਤ ਦੀ ਨਮਾਜ਼ ਆਦਿਕ ਹੈ, ਇਸ ਪ੍ਰਕਾਰ ਸ਼ਰੀਅਤ ਤੋਂ ਅੱਗੇ ਤਰੀਕਤ, ਦਲੀਲਬਾਜ਼ ਵਿਚਾਰਵਾਨ ਹੋਣਾ, ਗਿਆਨ ਪ੍ਰਾਪਤ ਹੋ ਜਾਣਾ ਕਿ ਕਿਹੜਾ ਕੰਮ ਬੁਰਾ, ਕਿਹੜਾ ਚੰਗਾ, ਕਿਹੜਾ ਤਿਆਗੀਏ, ਕਿਹੜਾ ਧਾਰਨ ਕਰੀਏ, ਐਸੇ ਵਿਚਾਰਵਾਨ ਬਣ ਜਾਣਾ। ਔਰ ਇਸੇ ਤਰ੍ਹਾਂ ਉਸ ਤੋਂ ਅੱਗੇ ਹੈ ਮਾਰਫਤ, ਪਰਮਾਰਥੀ ਬਣਨਾ, ਆਤਮ ਗਿਆਨ ਦੀ ਇੱਛਾ ਪੈਦਾ ਹੋਣੀ ਮਨ ਅੰਦਰ, ਤੀਬਰ ਤਾਂਗ ਬਣ ਜਾਣਾ, ਜਿਹਨੂੰ ਜਗਿਆਸਾ ਵੀ ਕਿਹਾ ਜਾਂਦਾ, ਜਾਂ ਗਿਆਨ ਦੀ ਆਸਾ ਇੱਛਾ। ਔਰ ਇਸੇ ਤਰ੍ਹਾਂ ਉਸ ਤੋਂ ਅੱਗੇ ਹੈ ਹਕੀਕਤ, ਹਕੀਕਤ ਨਾਮ ਸੱਚਾਈ ਦਾ ਹੈ, ਸੱਚ ਦੀ ਮੰਜ਼ਿਲ ਤੱਕ ਪਹੁੰਚ ਜਾਣਾ, ਯਾਨੀ ਕਿ ਸੱਚ ਦਾ ਗਿਆਨ ਹੋ ਜਾਣਾ, ਪਰਮਾਤਮਾ ਆਤਮਾ ਸੱਚ ਸਰੂਪ ਹੈ, ਬਾਕੀ ਸਭ ਕੁਝ ਮਿੱਥਿਆ ਹੈ, ਇਤਿਆਦਿ। ਇਸ ਪ੍ਰਕਾਰ ਸਾਡਾ ਕਰਮ ਜਿਹੜਾ ਉਹ ਸਤਿਗੁਰੂ ਨੇ ਸਾਨੂੰ ਸਿਮਰਨ ਤੋਂ ਸ਼ੁਰੂ ਕਰਾਇਆ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ,
ਇਸ਼ਨਾਨ ਤੇ ਸਰੀਰ ਦੀ ਸੁਧੀ ਲਈ, ਸਾਵਧਾਨਤਾ ਲਈ, ਆਲਸ ਦੂਰ ਕਰਨ ਵਾਸਤੇ, ਮਨ ਇਕਾਗਰ ਕਰਨ ਲਈ ਇਹ ਸਹਾਈ ਆ। ਇਸ ਕਰਕੇ ਇਸ਼ਨਾਨ ਕਰਨਾ, ਪਰ ਰਸਨਾ ਨਾਲ ਰੱਬ ਨੂੰ ਜਪਦਿਆਂ ਜਪਦਿਆਂ ਮਨ ਸਿਮਰਨ ਵਿੱਚ ਜਾਣਾ, ਅਤੇ ਇਸ ਤੋਂ ਅੱਗੇ ਫਿਰ ਉਪਾਸ਼ਨਾ ਤੋਂ ਬਾਅਦ ਜੇ ਲੱਗਾ ਰਹੇ ਕੋਈ ਇਸ ਪਾਸੇ ਤਾਂ ਫਿਰ ਗਿਆਨ ਦੀ ਪ੍ਰਾਪਤੀ ਹੈ। ਇਸ ਵਾਸਤੇ ਹੁਣ ਸਤਿਗੁਰੂ ਜੀ ਨੇ ਜਿਹੜਾ ਸਾਨੂੰ ਕਰਮ ਸਿਖਾਇਆ, ਉਪਾਸ਼ਨਾ ਕਿਸ ਦੀ ਸਿਖਾਈ? ਪਰਮਾਤਮਾ ਦੀ। ਤਾਂ ਕਿਉਂਕਿ ਉਸਦਾ ਨਾਮ ਪਤਤਾਂ ਨੂੰ ਪਵਿੱਤਰ ਕਰਨ ਵਾਲਾ। ਜੇ ਕੋਈ ਨਾਮ ਨਾਲ ਜੁੜ ਜੇ ਇਨਸਾਨ, ਤਾਂ ਫਿਰ ਉਹਦੇ ਕਰਮ ਵੀ ਸੁਧਰ ਜਾਂਦੇ ਨੇ ਅਤੇ ਮਨ ਦੀ ਮੈਲ ਵੀ ਘਟਦੀ ਘਟਦੀ, ਮਨ ਸ਼ੁੱਧ ਹੁੰਦਾ। ਮਨ ਮੈਲਾ ਇਹ ਵੀ ਸ਼ੁੱਧ ਹੈ ਹਰ ਨਾਮ ਧਿਆਏ। ਹਜ਼ੂਰ ਕਹਿੰਦੇ ਮਨ ਮੈਲਾ ਹੈ, ਸਰੀਰਕ ਤੌਰ 'ਤੇ ਧਾਰਮਿਕ ਗ੍ਰੰਥਾਂ ਦੇ ਉਪਦੇਸ਼ ਰਾਹੀਂ ਕਰਮ ਬਦਲ ਸਕਦੇ ਨੇ। ਸਰੀਰਕ ਤੌਰ 'ਤੇ ਕੁਛ ਕਰਮ ਮਾੜੇ ਛੱਡ ਦੇਵੇਗਾ, ਚੰਗੇ ਧਾਰਨ ਕਰ ਲਏਗਾ, ਪਰ ਚੰਗੇ ਕਰਮ ਕਰਦਿਆਂ ਕਰਦਿਆਂ ਖਤਰਾ ਜ਼ਰੂਰ ਬਣਿਆ ਰਹੇਗਾ ਕਿ ਪਤਾ ਨਹੀਂ ਮੈਲਾ ਮਨ ਹੋਣ ਕਰਕੇ ਕਦੋਂ ਗਲਤੀ ਕਰਾ ਦੇ। ਵੇਖੋ ਮਨ ਦੀ ਅਵਸਥਾ। ਭਰਥਰੀ ਜੀ ਵਿਰਾਗਵਾਨ ਹੋ ਕੇ ਘਰ ਬਾਰ ਰਾਜ ਭਾਗ ਸੋਨੇ ਦੇ ਮਹਿਲ ਛੱਡ ਕੇ, ਰਾਣੀਆਂ ਰੋਂਦੀਆਂ ਛੱਡ ਕੇ, ਖਜ਼ਾਨੇ ਨੂੰ ਲੱਤ ਮਾਰ ਕੇ ਹੁਕਮ ਚੱਲਦਾ ਸੀ, ਰਾਜ ਭਾਗ ਤਿਆਗਿਆ ਅਤੇ ਗੋਰਖਨਾਥ ਦਾ ਚੇਲਾ ਬਣ ਗਿਆ। ਅਤੇ ਫਿਰ ਉਹ ਭਿੱਖਿਆ ਮੰਗਣ ਵਾਸਤੇ ਗਿਆ, ਰਸਤੇ 'ਚ ਮੰਗ ਕੇ ਭਿੱਖਿਆ ਤੁਰਿਆ ਆਉਂਦਾ ਸੀ। ਕਿਸੇ ਮਨੁੱਖ ਨੇ ਪਾਨ ਚੱਬ ਕੇ ਥੁੱਕਿਆ ਆਇਆ, ਸੂਰਜ ਦੀ ਧੁੱਪ ਦੇ ਨਾਲ ਉਹ ਥੁੱਕ ਚਮਕਿਆ, ਪਾਨ ਵਾਲਾ ਥੁੱਕ। ਭਰਥਰੀ ਜੀ ਨੇ ਖੁਦ ਵਚਨ ਲਿਖਿਆ ਹੈ ਆਪਣੀ ਹੱਡ ਬੀਤੀ, ਵਿਰਾਗ ਸ਼ਤਕ ਨਾਂ ਦਾ ਗ੍ਰੰਥ ਹੈ ਉਹਨਾਂ ਦਾ, ਉਹਦੇ 'ਚ ਉਹਨੇ ਵਚਨ ਲਿਖਿਆ। ਕੀ ਹੋਇਆ ਕਿ ਉਹ ਪਾਨ ਵਾਲਾ ਥੁੱਕ ਚਮਕਿਆ ਅਤੇ ਭਰਥਰੀ ਦਾ ਮਨ ਉਸ ਵੇਲੇ ਇਸ ਗੱਲ 'ਤੇ ਆ ਗਿਆ ਕਿ ਹੀਰਾ ਚਮਕਦਾ। ਕਿੱਥੇ ਹੀਰੇ ਲਾਲ ਜਵਾਹਰਾਤ ਛੱਡਦੇ ਸੀ ਉਦੋਂ ਇਹ ਅਵਸਥਾ ਸੀ, ਅਤੇ ਕਿੱਥੇ ਇਹ ਅਵਸਥਾ ਕਿ ਉਸ ਪਾਨ ਵਾਲੇ ਥੁੱਕ ਨੂੰ ਹੱਥ ਪਾ ਲਿਆ ਅਤੇ ਹੱਥ ਲਿਬੜ ਗਿਆ, ਸ਼ਰਮਸ਼ਾਰ ਹੋ ਗਿਆ ਭਰਥਰੀ। ਅਤੇ ਬਚਨ ਲਿਖੇ, ਕੰਚਨ ਜੜਤ ਮੰਦਰ ਤਜੇ ਤਜੇ ਸਖੀਜਨ ਕੇ ਸਾਥ, ਭਰਥਰ ਧੋਖੇ ਲਾਲ ਕੇ ਭਰੇ ਪੀਕ ਸੁਹਾਥ। ਕਹਿੰਦੇ ਲਾਲ ਦੇ ਭੁਲੇਖੇ ਥੁੱਕ ਨਾਲ ਹੱਥ ਲਬੇੜ ਬੈਠਾ ਹੈ, ਇਹਦੇ 'ਤੇ ਕੀ ਭਰੋਸਾ ਕਰੀਏ? ਅਤੇ ਇਹ ਹੁਣ ਸੁਧਰ ਗਿਆ ਹੈ, ਬਚ ਗਿਆ, ਇਹਨੇ ਇੰਨਾ ਤਿਆਗ ਕਰਤਾ ਤਾਂ ਬੜਾ ਵੱਡਾ ਬਣ ਗਿਆ, ਐਡਾ ਤਿਆਗੀ ਹੋ ਗਿਆ ਵੀ ਮਨ ਜਿਹੜਾ ਹੈ ਫਿਰ ਫਸਿਆ। ਤਾਂ ਹੀ ਕਬੀਰ ਜੀ ਨੇ ਕਿਹਾ, ਗ੍ਰਹਿ ਤਜ ਵਣ ਖੰਡ ਜਾਈਐ ਚੁਨ ਖਾਈਐ ਕੰਦਾ, ਬਿਰਸ਼ਾਂ ਦੀ ਜੜ੍ਹਾਂ ਛਿੱਲਾਂ ਆਦਿ ਖਾਈਏ, ਘਰ ਬਾਰ ਛੱਡ ਜਾਈਏ, ਇੱਡੇ ਤਿਆਗੀ ਬਣ ਜਾਈਏ, ਪਰ ਫਿਰ ਵੀ ਭਰੋਸਾ ਨਾ ਕਰਿਓ ਮਨ 'ਤੇ। ਅਜੋ ਵਿਕਾਰ ਨਾ ਛੋਟੇ ਪਾਪੀ ਮਨ ਮੰਦਾ, ਫਿਰ ਵੀ ਵਿਕਾਰਾਂ ਦਾ ਅਖੇੜਾ ਨਹੀਂ ਛੱਡਦਾ ਹੈ। ਪਤਾ ਨਹੀਂ ਕਿਹੜੇ ਵੇਲੇ ਕੀ ਕਿਹੜੀ ਕਾਮ ਆ ਜਾਣੀ, ਕਿਹੜੇ ਵੇਲੇ ਕਾਮ ਹਾਵੀ ਹੋ ਜਾਏ, ਕ੍ਰੋਧ ਗਲਬਾ ਪਾ ਜਾਏ, ਹੰਕਾਰ ਗੱਜ ਪਏ, ਪਤਾ ਨਹੀਂ ਕਿਹੜੇ ਵੇਲੇ ਕਾਬੂ ਕਰ ਲੈਣ, ਅਤੇ ਫਿਰ ਸਰੀਰਕ ਤੌਰ 'ਤੇ ਮਾੜਾ ਕਰਮ ਹੋ ਜਾਏ। ਜਿਹੜੇ ਛੇ ਸ਼ਾਸਤਰ ਹਨ, ਛੇ ਘਰ, ਛੇ ਗੁਰ, ਛੇ ਉਪਦੇਸ਼ ਵਚਨ ਆਉਂਦਾ ਰੋਜ਼ ਸੋਹਲਾ ਸਾਹਿਬ ਦੀ ਬਾਣੀ 'ਚ, ਛਿਆਂ ਸ਼ਾਸਤਰਾਂ ਵਿੱਚੋਂ ਇੱਕ ਜੈਮਨ ਮੁਨੀ ਦਾ ਲਿਖਿਆ ਹੋਇਆ, ਅਤੇ ਜੈਮਨ ਮੁਨੀ ਨੇ ਆਪਣੇ ਉਸ ਸ਼ਾਸਤਰ ਵਿੱਚ ਲਿਖ ਦਿੱਤਾ ਭਈ ਗਿਆਨਵਾਨਾਂ ਨੂੰ ਜਿਹਨਾਂ ਗ੍ਰੰਥ ਪੜ੍ਹੇ ਹਨ ਸਮਝ ਹੈ, ਉਹਨਾਂ ਨੂੰ ਮਾਇਆ ਨਹੀਂ ਪੋ ਸਕਦੀ। ਅਤੇ ਬਿਆਸ ਰਿਹੀ ਨੂੰ ਆਪਣਾ ਉਹ ਲਿਖਿਆ ਗ੍ਰੰਥ ਵਿਖਾਇਆ, ਇਹ ਬਚਨ ਜਦੋਂ ਉਹਨਾਂ ਪੜ੍ਹਿਆ ਕਹਿਣ ਲੱਗੇ ਆਹ ਘੱਟ ਦੇ ਵਿੱਚੋਂ ਕੱਢ ਦੇ, ਇਹ ਨਹੀਂ ਠੀਕ। ਬਾਹਰੀ ਗਿਆਨ ਦਾ ਉਪਦੇਸ਼ ਜਿੰਨਾ ਮਰਜ਼ੀ ਪੜ੍ਹਿਆ, ਜਿੰਨੇ ਮਰਜ਼ੀ ਗ੍ਰੰਥ ਪੜ੍ਹੇ, ਵਿੱਦਿਆ ਜਿੰਨੀ ਮਰਜ਼ੀ ਪੜ੍ਹੀ, ਪਰ ਰੱਬ ਦੀ ਮਾਇਆ ਬੜੀ ਪ੍ਰਬਲ ਹੈ, ਇਸ ਮਾਇਆ ਤੋਂ ਉਹ ਪਰਮਾਤਮਾ ਹੀ ਬਚਾ ਸਕਦਾ ਜਿਹਨੇ ਇਹ ਰਚੀ ਹੈ। ਇਹ ਪਰਮਾਤਮਾ ਤੋਂ ਦੂਜੇ ਨੰਬਰ ਦੀ ਸ਼ਕਤੀ ਹੈ ਮਾਇਆ, ਜੜ ਚੇਤਨ ਮਾਇਆ ਦੋ ਤਰ੍ਹਾਂ ਦੀ, ਇਹਦੇ ਤੋਂ ਰੱਬ ਹੀ ਹੈ ਜੇ ਬਚਾਏ ਤਾਂ। ਤਾਂ ਹੀ ਕਰਤਾਰ ਦੀ ਸ਼ਰਨ ਗ੍ਰਹਿਣ ਕਰਾਈ ਹੈ ਸਤਿਗੁਰੂ ਨਾਨਕ ਦੇਵ ਜੀ ਨੇ, ਰੱਬ ਦਾ ਨਾਮ ਜਪੋ। ਪਰਮਾਤਮਾ ਸਹਾਈ ਹੋਵੇਗਾ, ਇੱਕ ਤਾਂ ਉਹਦਾ ਨਾਮ ਉਹਦੇ 'ਚ ਤਸੀਰ ਹੈ ਕਿਉਂਕਿ ਉਹ ਪਵਿੱਤਰ ਹੈ, ਪਰਮਾਤਮਾ ਦਾ ਨਾਮ, ਪਰਮਾਤਮਾ ਪਵਿੱਤਰ ਹੈ, ਉਹਦਾ ਨਾਮ ਪਵਿੱਤਰ ਹੈ। ਅਤੇ ਪਵਿੱਤਰ ਚੀਜ਼ ਮੈਲੀ ਚੀਜ਼ ਦੀ ਮੈਲ ਦੂਰ ਕਰਨ ਦੀ ਸਮਰੱਥਾ ਰੱਖਦੀ, ਜਿਹੜੀ ਸਦਾ ਹੀ ਪਵਿੱਤਰ ਹੋਏ, ਜਿਵੇਂ ਪਾਣੀ ਹੈ ਨਾ, ਪਾਣੀ ਨੂੰ ਮੈਲ ਨਹੀਂ ਲੱਗਦੀ, ਸਾਰਿਆਂ ਦੀ ਮੈਲ ਲਾਉਂਦਾ, ਹਰ ਚੀਜ਼ ਦੀ ਮੈਲ ਲਾਉਂਦਾ, ਪਰ ਸਾਇੰਟਿਸਟਾਂ ਨੇ ਸਿੱਧ ਕਰਤਾ ਪਾਣੀ ਨੂੰ ਮੈਲ ਨਹੀਂ ਚੰਬੜਦੀ, ਪਾਣੀ ਗਧਰਾ ਦਿਖਾਈ ਦਿੰਦਾ ਨਾ ਭਾਵੇਂ, ਪਰ ਜਦੋਂ ਉਹਨੂੰ ਫਿਲਟਰ ਕੀਤਾ ਜਾਏ ਤਾਂ ਸ਼ੁੱਧ ਹੋ ਜਾਂਦਾ, ਮੈਲ ਉਹਦੇ ਵਿੱਚ ਨਹੀਂ ਚੰਬੜੀ ਹੁੰਦੀ, ਵਿੱਚ ਹੋਵੇਗੀ ਦਿਸਦੀ ਕਿਸੇ ਸਰੋਵਰ ਦੇ ਟੋਭੇ ਦੇ ਕਿਸੇ ਵੀ ਚੀਜ਼ ਵਿੱਚ, ਪਰ ਪਾਣੀ ਨੂੰ ਮੈਲ ਨਹੀਂ ਪਾਉਂਦੀ। ਇਸੇ ਤਰ੍ਹਾਂ ਰੱਬ ਦਾ ਨਾਮ ਸਾਰਿਆਂ ਦੀ ਮੈਲ ਲਾ ਕੇ ਫਿਰ ਪਵਿੱਤਰ ਦਾ ਪਵਿੱਤਰ ਰਹੇਗਾ, ਪਰਮਾਤਮਾ ਪਵਿੱਤਰ ਹੈ।
ਹਜ਼ੂਰ ਨੇ ਦ੍ਰਿਸ਼ਟਾਂਤ ਤਾਂ ਹੀ ਦਿੱਤਾ ਬਾਣੀ, ਜਿਉਂ ਪਾਣੀ ਮੈਲ ਹਰੇ, ਜਿਵੇਂ ਪਾਣੀ ਮੈਲ ਹਰ ਦਿੰਦਾ, ਨਾਸ ਕਰ ਦਿੰਦਾ, ਐਵੇਂ ਵਾਹਿਗੁਰੂ ਦਾ ਨਾਮ ਮੈਲ ਨੂੰ ਦੂਰ ਕਰਦਾ। ਅਤੇ ਦੂਸਰਾ ਪਰਮਾਤਮਾ ਜਿਸ ਦਾ ਨਾਮ ਜਪਣਾ, ਉਸਦੀ ਸ਼ਰਨ ਆਪਾਂ ਗ੍ਰਹਿਣ ਕਰਨੀ ਅਤੇ ਉਹਨੇ ਸਹਾਈ ਹੋਣਾ। ਇਸ ਕਰਕੇ ਉਹ ਮੰਨਿਆ ਜੈਮਨ ਮੁਨੀ, ਵਿਆਸ ਦੀ ਗੱਲ ਨਾ ਮੰਨਿਆ। ਕਹਿਣ ਲੱਗਾ ਨਹੀਂ, ਜਿਹੜਾ ਹੈ ਹੀ ਗਿਆਨਵਾਨ ਆ ਉਹਨੂੰ ਮਾਇਆ ਕੀ ਕਰ ਸਕਦੀ। ਕਹਿਣ ਲੱਗਾ ਅੱਛਾ। ਫਿਰ ਵਿਆਸ ਜੀ ਨੇ ਇੱਕ ਖੇਡ ਰਚੀ, ਸ਼ਾਮਾਂ ਦਾ ਵਕਤ ਸੀ ਅਤੇ ਇੱਕ ਸੱਚ ਵਿਆਹ ਹੀ ਮੁਟਿਆਰ ਦਾ ਰੂਪ ਧਾਰ ਲਿਆ ਵਿਆਸ ਜੀ ਨੇ, ਅਤੇ ਉਹਦੇ ਮੱਠ ਦੇ ਕੋਲ ਰੋਂਦੀ ਫਿਰੇ। ਉਹ ਕਹਿਣ ਲੱਗਾ ਬੱਚਾ ਕੀ ਗੱਲ ਹੋਈ, ਬੱਚਾ ਕਿਆ ਮੂੰਹ ਤੋਂ, ਧੀਏ ਕੀ ਗੱਲ ਹੋਈ, ਪੁੱਤਰੀ ਕੀ ਗੱਲ ਹੋਈ। ਕਹਿਣ ਲੱਗੀ ਜੀ ਮੈਨੂੰ ਵਿਆਹ ਕੇ ਲਿਜਾ ਰਹੇ ਸੀ, ਇੱਥੇ ਜੰਗਲ 'ਚੋਂ ਸ਼ੇਰ ਨਿਕਲਿਆ, ਸਾਰੇ ਬਰਾਤੀ ਲਾੜੇ ਸਮੇਤ ਭੱਜ ਗਏ, ਮੈਂ ਇਕੱਲੀ ਰਹਿ ਗਈ ਰੁੱਖ ਦੇ ਉਹਦੇ ਲੋਕੀ, ਅਤੇ ਮੈਂ ਇੰਝ ਆਪਣੀ ਜਾਨ ਬਚਾਈ, ਹੁਣ ਮੈਂ ਰਾਤ ਕਿੱਥੇ ਰਵਾਂ। ਵਿਆਸ ਰਿਸ਼ੀ ਸੀ ਅਤੇ ਇਸਤਰੀ ਦਾ ਰੂਪ ਧਾਰਿਆ ਸੀ। ਜੈਮਨ ਮੁਨੀ ਕਹਿਣ ਲੱਗਾ ਨੇੜੇ ਆ ਮੱਠ ਹੈ, ਇਸ ਮੱਠ 'ਚ ਵੜਦਾ, ਔਰ ਤੈਨੂੰ ਕੋਈ ਰਾਤ ਨੂੰ ਦਰਵਾਜ਼ਾ ਖੜਕਾਏ ਖੋਲ੍ਹਣਾ ਨਹੀਂ, ਕੋਈ ਆਵਾਜ਼ ਮੇਰੇ ਵਰਗੀ ਵੀ ਕੱਢੇ ਅਤੇ ਦਰਵਾਜ਼ਾ ਨਹੀਂ ਖੋਲ੍ਹਣਾ। ਉਹ ਇਸਤਰੀ ਕਹਿਣ ਲੱਗੀ ਸਤ ਵਚਨ ਦੀ ਸੀ ਵਿਆਸ ਰਿਸ਼ੀ, ਅੱਧੀ ਰਾਤ ਨਾਲ ਟਿਕੀ ਹੋਈ ਰਾਤ ਵਿੱਚ ਇਸਤਰੀ ਦੀ ਆਵਾਜ਼ ਵਿੱਚ ਵੇਦਾਂ ਦੀਆਂ ਰਿਚਾਂ ਗਾਉਣੀਆਂ ਸ਼ੁਰੂ ਕੀਤੀਆਂ। ਤਾਂ ਹੀ ਦਸਮ ਪਾਤਸ਼ਾਹ ਨੇ ਆਗਿਆ ਕੀਤੀ ਹੈ, ਤ੍ਰਿਆ ਰਾਗ ਨਾ ਸੁਣੇ ਚਿੱਤ ਲਾਏ, ਦਸਮ ਗ੍ਰੰਥ ਦਾ ਵਚਨ। ਇਸਤਰੀ ਦੇ ਮੁੱਖ ਤੋਂ ਗਾਏ ਹੋਏ ਗੁਰੂ ਸ਼ਬਦ ਅਤੇ ਇਤਿਹਾਸ ਤੋਂ ਬਗੈਰ ਜਿਹੜੇ ਗਾਏ ਹੋਏ ਗੀਤ ਹਨ, ਕਦੇ ਮੇਰਾ ਸਿੱਖ ਨਾ ਸੁਣੇ, ਗਲਤ ਪ੍ਰਭਾਵ ਮਨ 'ਤੇ ਪੈ ਜਾਏਗਾ। ਤਾਂ ਹੀ ਗੰਦੇ ਬੰਦੇ ਗੀਤਾਂ ਤੋਂ ਵਰਜਿਆ, ਭਾਵੇਂ ਬੰਦਾ ਵੀ ਗਾਉਂਦਾ ਨਾ ਗੰਦੇ ਗੀਤ, ਅਤੇ ਉਹਦਾ ਪ੍ਰਭਾਵ ਮਨ 'ਤੇ ਪੈਂਦਾ। ਅਸੀਂ ਕੋਈ ਏਡੇ ਬ੍ਰਹਮ ਗਿਆਨੀ ਨਹੀਂ ਵੀ ਸਾਡੇ 'ਤੇ ਅਸਰ ਨਹੀਂ ਪੈਂਦਾ, ਪੈਂਦਾ ਹੈ ਅਸਰ। ਇਸ ਵਾਸਤੇ ਔਰ ਜਦੋਂ ਵੇਦਾਂ ਦੇ ਰਿਜਾਂ ਗਾਈਆਂ ਅਤੇ ਜੈਮਨ ਮੁਨੀ ਦੇ ਉੱਪਰ ਵਕਾਰ ਦਾ ਪ੍ਰਭਾਵ ਪੈ ਗਿਆ, ਮਾਇਆ ਨੇ ਆਪਣੀ ਖੇਡ ਵਰਤਾਈ। ਇੱਕ ਇਹ ਦਰਵਾਜ਼ਾ ਖੋਲ, ਉਹ ਅੱਗੋਂ ਬੀਬੀ ਕੇ ਦਰਵਾਜ਼ਾ ਨਹੀਂ ਖੋਲ੍ਹਣਾ ਜੀ, ਤੁਸੀਂ ਹੁਕਮ ਕੀਤਾ ਸੀ ਦਰਵਾਜ਼ਾ ਨਹੀਂ ਖੋਲ੍ਹਣਾ। ਵਕਾਰ ਦੇ ਅਧੀਨ ਹੋਏ ਨੇ, ਉਸ ਮੱਠ ਦੀ ਛੱਤ ਤੋੜੀ ਅਤੇ ਵਿੱਚ ਉਤਰਿਆ, ਅਤੇ ਵਿਆਸ ਜੀ ਨੇ ਉਸੇ ਵੇਲੇ ਆਪਣਾ ਰੂਪ ਵਟਾ ਲਿਆ, ਅਤੇ ਜਦੋਂ ਵਟਾਇਆ ਰੂਪ ਅਤੇ ਅੱਖਾਂ 'ਚ ਅੱਖਾਂ ਪਾ ਕੇ ਕਿਹਾ, ਦੱਸ ਪਈ ਵੱਡਿਆ ਗਿਆਨਵਾਨਾ, ਮਾਇਆ ਪੋਲ ਸਕਦੀ ਹੈ ਕਿ ਨਹੀਂ। ਉਸ ਵੇਲੇ ਚਰਨੀ ਡਿੱਗ ਪਿਆ, ਕਹਿਣ ਲੱਗੇ ਕੱਟ ਪੰਗਤੀਆਂ, ਇਹ ਜਿਹੜਾ ਲਿਖਿਆ ਨਾ ਬਦਲ ਪਈ, ਗਿਆਨਵਾਨਾਂ ਨੂੰ ਮਾਇਆ ਨਹੀਂ ਪੋਲ ਸਕਦੀ, ਇਹ ਕੱਟ ਦੇ, ਐਸੀ ਗੱਲ ਨਹੀਂ ਹੈ। ਇਸ ਮਾਇਆ ਤੋਂ ਪਰਮਾਤਮਾ ਬਚਾ ਸਕਦਾ। ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਨੇ ਆਪਣਾ ਹੱਡ ਬੀਤਿਆ ਬਚਨ ਸੁਣਾਇਆ ਸੀ, ਜਿਹੜਾ ਉਹ ਰਾਮਪੁਰ ਖੇੜਾ ਸਥਾਨ ਹੈ, ਉਹ ਕਦੇ ਥੇ ਸੀ, ਉਜਾੜ ਬੀਆਬਾਨ ਸੀ, ਉੱਥੇ ਦਿਨੇ ਵੀ ਲੋਕ ਨਹੀਂ ਸੀ ਉੱਧਰ ਦੀ ਲੰਘਦੇ, ਖਿਆਲ ਸੀ ਲੋਕਾਂ ਦਾ ਕਿ ਇੱਥੇ ਭੂਤ ਪ੍ਰੇਤ ਰਹਿੰਦੇ ਨੇ। ਅਤੇ ਬਾਬਾ ਜੀ ਨੇ ਉੱਜੜ ਥੇ ਵਸਾਇਓ, ਉਸ ਸਥਾਨ ਨੂੰ ਰਾਮਪੁਰ ਖੇੜਾ ਬਣਾਉਣ ਤਾਂ ਵਸਾ ਦਿੱਤਾ, ਉੱਥੇ ਬੰਦਗੀ ਕੀਤੀ ਅਤੇ ਕਰਾਈ। ਉੱਥੇ ਹਰ ਸਾਲ ਬੜਾ ਵੱਡਾ ਗੁਰਮਤਿ ਨਾਮ ਅਭਿਆਸ ਕਮਾਈ ਸਮਾਗਮ ਹੁੰਦਾ, ਕਥਾ ਕੀਰਤਨ ਲਗਾਤਾਰ ਚੱਲ ਰਿਹਾ ਹੈ ਸਥਾਨ ਬਣਾਉਣ ਦਾ, ਮੰਨੋ ਕਿ ਬਿਰਾਨ ਧਰਤੀ ਨੂੰ ਉਹਨਾਂ ਨੇ ਸਰਸਬਜ਼ ਕਰਤਾ। ਗੁਰੂ ਨਾਨਕ ਸਾਹਿਬ ਜਦੋਂ ਗਏ ਬਗਦਾਦ ਵਿੱਚ, ਅਤੇ ਹਜ਼ੂਰ ਦੇ ਜਾਣ ਦੀ ਯਾਦਗਾਰ ਵਜੋਂ ਉੱਥੇ ਖੁਤਬਾ ਲਿਖ ਕੇ ਲਾਇਆ, ਰੱਬ ਉਲ ਫਜ਼ਲ ਹਜ਼ਰਤ ਬਾਬਾ ਨਾਨਕ ਜੀ ਇਸ ਧਰਤੀ 'ਤੇ ਆਏ, ਉਹਨਾਂ ਦੇ ਆਉਣ ਨਾਲ ਇਹ ਬੰਜਰ ਧਰਤੀ ਸਰਸਬਜ਼ ਹੋਈ। ਇਹ ਉੱਥੇ ਬਚਨ ਲਿਖੇ ਹੋਏ ਨੇ ਅਰਬੀ ਭਾਸ਼ਾ 'ਚ ਬਗਦਾਦ ਦੇ ਵਿੱਚ, ਕਿ ਗੁਰੂ ਬਾਬਾ ਜੀ ਨੇ ਇਸ ਬੰਜਰ ਧਰਤੀ ਨੂੰ ਹਰੀ ਭਰੀ ਕਰ ਦਿੱਤਾ, ਭਗਤੀ ਦੀ ਖੁਸ਼ਬੋ ਫੈਲਾ ਦਿੱਤੀ। ਇਸ ਪ੍ਰਕਾਰ ਹੀ ਬਾਬਾ ਹਰਨਾਮ ਸਿੰਘ ਜੀ ਕਹਿੰਦੇ, ਅਸੀਂ ਸ਼ਾਮਾਂ ਨੂੰ ਬੈਠੇ ਹੋਏ ਰਹਿ ਰਾਜ ਸਾਹਿਬ ਦਾ ਪਾਠ ਕਰੀਏ, ਅਤੇ ਇੱਕ ਬਜ਼ੁਰਗ ਮਾਈ ਤੁਰੀ ਆਈ, ਸ਼ਾਮਾਂ ਦਾ ਵਕਤ ਸੀ, ਉੱਥੇ ਕੋਈ ਵੀ ਨਹੀਂ ਸੀ, ਹੋਰ ਇਕੱਲੀ ਮਾਈ ਤੁਰੀ ਆਈ, ਅਤੇ ਕਹਿੰਦੇ ਅਸੀਂ ਦੇਖਣ ਲੱਗ ਪਏ ਵੀ ਇਹ ਮਾਤਾ ਜੀ ਕਦੇ ਅੱਗੇ ਨਹੀਂ ਦੇਖੇ, ਨੇੜੇ ਨੇੜੇ ਨਗਰਾਂ ਦੇ ਲੋਕ ਜਿਹੜੇ ਆਉਂਦੇ ਨੇ ਉਹਨਾਂ ਵਿੱਚੋਂ ਇਹ ਮਾਈ ਨਹੀਂ, ਇਹ ਕੌਣ ਇਸ ਵੇਲੇ ਇਕੱਲੀ ਮਾਈ ਕਿਉਂ ਆਈ। ਅਤੇ ਜਦੋਂ ਕਹਿੰਦੇ ਸਾਡਾ ਧਿਆਨ ਹੋਰ ਪਾਸੇ ਗਿਆ, ਦੁਬਾਰਾ ਵੇਖਿਆ ਅਤੇ ਉਹ ਨੌਜਵਾਨ ਬੀਬੀ ਦਾ ਰੂਪ ਧਾਰ ਲਿਆ, ਬੜਾ ਸੁੰਦਰ ਸਰੂਪ ਅਤੇ ਗਹਿਣੇ ਗੱਟਿਆਂ ਨਾਲ ਲੱਦੀ ਹੋਈ। ਅਤੇ ਉਸੇ ਵੇਲੇ ਕਹਿੰਦੇ ਸਾਡਾ ਮੱਥਾ ਠਣਕਿਆ ਵੀ ਇਹ ਗ੍ਰੰਥਾਂ 'ਚ ਲਿਖਿਆ ਜਿਹੜੀ ਪੁਨਾ ਪੁਨਾ ਰੂਪ ਬਦਲੇ ਉਹ ਮਾਇਆ। ਕਹਿਣ ਲੱਗੇ ਹਰਨਾਮ ਸਿੰਘ ਇਹ ਤਾਂ ਮਾਇਆ ਜਾਪਦੀ ਹੈ। ਅਤੇ ਮਨ 'ਚ ਖਿਆਲ ਆਇਆ ਕਿ ਸਾਨੂੰ ਕੀ ਕਰੇ ਜੀ, ਅਸੀਂ ਗੁਰੂ ਦੇ ਸਿੱਖ ਹਾਂ, ਬਾਣੀ ਪੜ੍ਹ ਰਹੇ। ਫਿਰ ਮਨ 'ਚ ਖਿਆਲ ਆਇਆ ਨਹੀਂ, ਭੋਰਾ ਵੀ ਹੰਕਾਰ ਨਹੀਂ ਕਰਨਾ ਚਾਹੀਦਾ, ਸਤਿਗੁਰੂ ਜੀ ਇਹ ਤੋਂ ਬਚਾ ਸਕਦੇ ਨੇ। ਕਹਿੰਦੇ ਸਾਡੇ ਮਨ ਅੰਦਰੋਂ ਬੇਨਤੀ ਨਿਕਲੀ ਕਿ ਸਤਿਗੁਰੂ ਕਲਗੀਧਰ ਪਾਤਸ਼ਾਹ ਆਈ ਜੇ, ਰੱਖਿਆ ਕਰਿਓ। ਤਾਂ ਉਹ ਕਹਿਣ ਲੱਗੇ, ਉਸੇ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਗਟ ਹੋ ਕੇ ਸਾਡੇ ਸੀਸ 'ਤੇ ਹੱਥ ਰੱਖਿਆ ਅਤੇ ਕਹਿਣ ਲੱਗੇ, ਹਰਨਾਮ ਸਿੰਘਾ ਕੁਝ ਨਹੀਂ ਕਹਿੰਦੀ। ਜਦੋਂ ਇੰਝ ਕਿਹਾ ਤਾਂ ਉਹ ਬੀਬੀ ਉਸੇ ਵੇਲੇ ਅਲੋਪ ਹੋ ਗਈ, ਛਾਈਮਈ ਹੋ ਗਈ। ਇਉਂ ਭਗਤਾਂ ਦੀ ਪਰਖ ਕਰਨ ਵਾਸਤੇ ਵੀ ਮਾਇਆ ਰੂਪ ਧਾਰ ਕੇ ਆ ਜਾਂਦੀ ਹੈ। ਇਸ ਪ੍ਰਕਾਰ ਇਸ ਦੇ ਤੋਂ ਬਚਣ ਵਾਸਤੇ ਕਰਤਾਰ ਦੀ ਸ਼ਰਨ ਹੈ।
ਤਾਂ ਕਰਕੇ ਹਜ਼ੂਰ ਨੇ ਕਿਹਾ ਹੋਰ ਸਾਧਨ ਕਰਨ ਨਾਲੋਂ ਜਿਨ੍ਹਾਂ 'ਤੇ ਆਪਣੀ ਟੇਕ ਬਣ ਜਾਏਗੀ ਮੈਂ ਕੀਤਾ ਤਪੱਸਿਆ ਹੈ, ਯੋਗਾ ਅਭਿਆਸ ਹੈ, ਵਿੱਦਿਆ ਪੜ੍ਹ ਲਈ, ਹਮ ਬੜ ਕਬ ਕੁਲੀਨ, ਹਮ ਪੰਡਿਤ, ਹਮ ਯੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਬੁੱਧ ਕਵੈ ਨਾਸ। ਜਦੋਂ ਤੱਕ ਅੰਦਰ ਹੰਕਾਰ ਲੇਸ ਮਾਤਰ ਵੀ ਹੈ, ਸੂਖਮ ਹਉਮੈ ਵੀ ਹੈ, ਉਦੋਂ ਤੱਕ ਡਰ ਬਣਿਆ ਰਹੇਗਾ, ਖਤਰਾ ਹੈ। ਵਾਹਿਗੁਰੂ ਦੀ ਸ਼ਰਨ ਕਰਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਕਰਕੇ ਪਤਿਤ ਮਨ ਦੇ ਤਾਈਂ, ਕਿਉਂਕਿ ਸੰਸਕਾਰੀ ਮਨ ਪਤਿਤ ਹੈ, ਕਈ ਤਰ੍ਹਾਂ ਦੇ ਸੰਸਕਾਰ ਮੈਲਾਂ ਨੂੰ ਚਿੰਬੜੀਆਂ ਹੋਈਆਂ, ਇਸ ਕਰਕੇ ਪਤਿਤ ਹੋਇਆ ਹੋਇਆ, ਅਤੇ ਵਾਹਿਗੁਰੂ ਪਰਮਾਤਮਾ ਦਾ ਨਾਮ ਪਤਿਤ ਪਾਵਨ ਨਾਮ ਹਰੀ ਕੋਟ ਭਗਤ ਉਧਾਰ ਕਰੇ। ਇਸ ਨਾਮ ਨੇ ਹੁਣ ਤੱਕ ਕਰੋੜਾਂ ਭਗਤਾਂ ਦਾ ਉਧਾਰ ਕੀਤਾ। ਸਤਿਗੁਰੂ ਜੀ ਕਹਿ ਰਹੇ ਵੀ ਕਰੋੜਾਂ ਭਗਤਾਂ ਦਾ ਇਸ ਨਾਮ ਨੇ ਉਧਾਰ ਕੀਤਾ। ਇਸ ਕਰਕੇ ਸਿੱਖੋ, ਤੁਹਾਨੂੰ ਇਹ ਨਾਮ ਦਾ ਪੱਲਾ ਫੜਾ ਰਹੇ ਹਾਂ। ਪਤਿਤ ਪਾਵਨ ਹਰ ਨਾਮਾ, ਹਰੀ ਦਾ ਨਾਮ ਹੀ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਹੈ। ਪੂਰਨ ਸੰਤ ਜਨਾਂ ਕੇ ਕਾਮਾ, ਜਿਹੜੇ ਸੰਤ ਜਨ ਐਸੇ ਵਾਹਿਗੁਰੂ ਦੇ ਨਾਮ ਨਾਲ ਜੁੜੇ ਹਨ, ਉਹਨਾਂ ਸੰਤ ਜਨਾਂ ਦੇ ਸਾਰੇ ਕਾਰਜ ਪਰਮਾਤਮਾ ਨੇ ਪੂਰੇ ਕੀਤੇ ਇਸ ਨਾਮ ਨੇ। ਇਹ ਨਾਮ ਹੀ ਸੰਤ ਜਨਾਂ ਦੇ ਸਾਰੇ ਕੰਮਾਂ ਨੂੰ ਪੂਰਨਤਾ ਦੇਣ ਵਾਲਾ ਹੈ, ਲੋਕ ਪ੍ਰਲੋਕ ਦੇ ਕਾਰਜ ਪੂਰੇ ਕਰ ਦਿੰਦਾ। ਗੁਰਸੰਤ ਪਾਇਆ ਪ੍ਰਭ ਧਿਆਇਆ, ਜਿਨ੍ਹਾਂ ਨੇ ਐਸੇ ਸੰਤ ਪਰਮਾਤਮਾ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਨੂੰ ਪ੍ਰਾਪਤ ਕਰ ਲਿਆ ਹੈ, ਸਤਿਗੁਰੂ ਦੀ ਸ਼ਰਨ 'ਚ ਆ ਕੇ ਗੁਰਪ੍ਰਸਾਦੀ ਪ੍ਰਭ ਧਿਆਇਆ, ਗਈ ਸ਼ੰਕਾ ਛੂਟ, ਸ਼ੰਕਾ ਸਾਰੀਆਂ ਮਿਟ ਗਈਆਂ, ਸਗਲ ਇੱਛਾ ਪੁੰਨੀਆਂ। ਉਹਨਾਂ ਦੇ ਮਨ ਅੰਦਰ ਪਹਿਲਾਂ ਇੱਛਾ ਫੁਰਦੀਆਂ ਨੇ, ਫਿਰ ਇਹ ਇੱਛਾ ਪੂਰੀਆਂ ਕਰਦਾ ਵਾਹਿਗੁਰੂ, ਫਿਰ ਇੱਕ ਐਸਾ ਸਮਾਂ ਆਉਂਦਾ ਇੱਛਾ ਫੁਰਨੋਂ ਹਟ ਜਾਂਦੀ ਹੈ, ਫਿਰ ਫੁਰਨਾ ਨਹੀਂ ਆਉਂਦਾ, ਕੋਈ ਇੱਛਾ ਨਹੀਂ ਫੁਰਦੀ। ਨਿਰਛਿਤ ਹੋਣ 'ਤੇ ਪਰਮਾਤਮਾ ਦਾ ਗਿਆਨ ਪ੍ਰਾਪਤ ਹੋ ਜਾਂਦਾ। ਪਹਿਲਾਂ ਬੰਦਗੀ ਕਰਨ ਵਾਲੇ ਜਿਨ੍ਹਾਂ ਨੇ ਪਰਮਾਤਮਾ ਦਾ ਧਿਆਨ ਕੀਤਾ, ਨਾਮ ਸਿਮਰਿਆ, ਅਰਾਧਿਆ ਹੈ, ਉਹਨਾਂ ਦੀਆਂ ਇੱਛਾ ਪੂਰੀਆਂ ਕੀਤੀਆਂ। ਹਉਂ ਤਾਪ ਬਿਨਸੇ, ਜਿਹੜੇ ਹੰਗਤਾ ਕਰਕੇ ਤਾਪ ਅੰਦਰ ਹਨ ਨਾ, ਕਲੇਸ਼ ਵਿਆਪਦੇ, ਇਹ ਬਿਨਸ ਗਏ। ਸਦਾ ਸਰਸੇ, ਰੱਬ ਦੇ ਪਿਆਰੇ ਸਦਾ ਆਨੰਦਿਤ ਹੋਏ। ਸਰਸੇ ਦਾ ਅਰਥ ਹੈ ਰਸ ਦੇ ਸਹਿਤ, ਰਸ ਮੈਨੇ ਆਨੰਦ, ਆਤਮਕ ਆਨੰਦ ਦੇ ਸਹਿਤ ਹੋ ਗਏ। ਪ੍ਰਭ ਮਿਲੇ ਚਿਰੀ ਵਿਛੁੰਨਿਆ, ਜਿਸ ਪਰਮਾਤਮਾ ਤੋਂ ਚਿਰਾਂ ਦੇ ਵਿਛੜੇ ਹੋਏ ਸੀ ਅਨੇਕਾਂ ਜਨਮਾਂ ਤੋਂ, ਵਾਹਿਗੁਰੂ ਦੇ ਸਿਮਰਨ ਦੁਆਰਾ ਪਰਮਾਤਮਾ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ, ਉਹ ਮਿਲ ਪਏ, ਅਭੇਦ ਹੋ ਗਏ। ਮਨ ਸ਼ਾਂਤ ਆਈ ਵਜੀ ਵਧਾਈ, ਮਨ ਅੰਦਰ ਸ਼ਾਂਤੀ ਦਾ ਨਿਵਾਸ ਹੋ ਗਿਆ, ਠੰਡ ਪੈ ਗਈ। ਅਤੇ ਵਜੀ ਵਧਾਈ ਮਤਲਬ ਚੜ੍ਹਦੀ ਕਲਾ ਹੋ ਗਈ, ਵਧਾਈਆਂ ਖੁਸ਼ੀਆਂ ਵਜੀਆਂ ਅੰਦਰ, ਮਨੋਂ ਕਦੇ ਨਾ ਵਿਸਰਾ, ਮਨ ਵਿੱਚੋਂ ਕਦੇ ਵੀ ਪਰਮਾਤਮਾ ਉਹਨਾਂ ਨੂੰ ਭੁੱਲਦਾ ਨਹੀਂ ਹੈ। ਬਿਨਵੰਤ ਨਾਨਕ ਸਤਿਗੁਰ ਦਰੜਾਇਆ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਬੇਨਤੀ ਪੂਰਵਕ ਕਹਿੰਦੇ ਹਾਂ ਕਿ ਉਹਨਾਂ ਦੇ ਤਾਈਂ ਸਤਿਗੁਰੂ ਨੇ ਇਹ ਗਿਆਨ, ਇਹ ਉਪਦੇਸ਼ ਦ੍ਰਿੜ ਕਰਾਇਆ ਹੈ। ਸਦਾ ਭਜ ਜਗਦੀਸ਼ਰਾ, ਸਿੱਖਾ ਸਦਾ ਹੀ ਜਗਤ ਦੇ ਈਸ਼ਵਰ ਪਰਮਾਤਮਾ ਦਾ ਭਜਨ ਕਰ, ਉਸੇ ਨੂੰ ਭਜਦਾ ਰਹੋ, ਕਿਉਂਕਿ ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਬਿਕਲ ਭਈ ਨਹੀਂ ਬਾਣੀ, ਭਜ ਲਿਹਰੇ ਮਨ ਸਾਰਗ ਪਾਣੀ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ, ਐਸਾ ਉਪਦੇਸ਼ ਜਨ ਨਾਨਕ ਕਉ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਇਹ ਉਪਦੇਸ਼ ਸਤਿਗੁਰੂ ਨੇ ਦ੍ਰਿੜ ਕਰਾਇਆ ਹੈ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰ ਲਈਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਰਪੰਚ ਦੇ ਮਹਾਨ ਸਤਿਕਾਰਯੋਗ ਕਥਾ ਵਾਚਕ।